ਜਦੋਂ ਦੂਜੀ ਵੱਡੀ ਜੰਗ ਲੱਗੀ ਤਾਂ ਅਸੀਂ ਬਹੁਤ ਸਾਰੇ ਕਾਲਜਾਂ ਵਿੱਚ ਪੜ੍ਹਦੇ ਜਾਂ ਪੜ੍ਹ ਹਟੇ ਮੁੰਡੇ ਫੌਜ ਵਿੱਚ ਭਰਤੀ ਹੋ ਗਏ। ਜਿਸ ਕਿਸੇ ਨੂੰ ਦੋਹਾਂ ਅੱਖਾਂ ਤੋਂ ਦਿਸਦਾ ਸੀ ਅਤੇ 10 ਜਮਾਤਾਂ ਪਾਸ ਸੀ ਉਹ ਲੈਫਟੈਂਟ ਬਣਨ ਲਈ ਦਰਖਾਸਤ ਦੇ ਸਕਦਾ ਸੀ। ਦਰਖਾਸਤਾਂ ਦੇਣ ਪਿੱਛੋਂ ਮੁੰਡੇ ਅੰਗਰੇਜ਼ੀ ਬੋਲਣੀ ਸਿੱਖਦੇ ਕਿਉਂਕਿ ਭਰਤੀ ਲਈ ਮੁਲਾਕਾਤ ਵੇਲੇ ਗੱਲਬਾਤ ਅੰਗਰੇਜ਼ੀ ਵਿੱਚ ਹੀ ਹੁੰਦੀ। ਨਾਲ ਨਾਲ ਬਣਨਾ ਫੱਬਣਾ ਵੀ ਸਿੱਖਦੇ ਤਾਂ ਜੋ ਵੱਡੇ ਵੱਡੇ ਖਾਨਦਾਨਾਂ ਰਾਹੀਂ ਇਸ ਦੁਨੀਆਂ ਵਿੱਚ ਆਏ ਵੀ ਸਨ। ਸਟੈਲਿਨ ਅਤੇ ਹਿਟਲਰ ਜਿਹੜੇ ਮੋਛੀ ਛਿੰਬੇ ਕਿਸਮ ਦੇ ਆਦਮੀ ਸਨ ਦੇ ਸੰਸਾਰ ਵਿੱਚ ਪ੍ਰਗਟ ਹੋਣ ਤੋਂ ਪਿੱਛੋਂ ਵੀ ਅਜੇ ਇਹ ਖਿਆਲ ਆਮ ਸੀ ਕਿ ਅੰਗਰੇਜ਼ ਕੇਵਲ ਖਾਂਦੇ ਪੀਂਦੇ ਹਿੰਦੁਸਤਾਨੀਆਂ ਨੂੰ ਹੀ ਅਫਸਰੀ ਦੇ ਯੋਗ ਸਮਝਦੇ ਹਨ। ਇਸ ਵਿਪਤਾ ਵੇਲੇ ਅੰਗਰੇਜ਼ਾਂ ਨੂੰ ਇਹੋ ਜਿਹੇ ਭੁਲੇਖੇ ਕੱਢਣ ਦੀ ਵੇਹਲ ਨਹੀਂ ਸੀ, ਖਾਸ ਕਰ ਜਦੋਂ ਹਿੰਦੁਸਤਾਨੀਆਂ ਵਿੱਚ ਭਰਤੀ ਵੱਲੋਂ ਉਹਨਾਂ ਦਾ ਕੰਮ ਠੀਕ ਚੱਲ ਰਿਹਾ ਹੋਵੇ। ਜਿਹੜੇ ਹਜ਼ਾਰਾਂ ਹਿੰਦੁਸਤਾਨੀਆਂ ਨੂੰ ਉਹਨਾਂ ਨੇ ਲੈਫਟੈਂਟ ਬਣਾਇਆ ਉਹਨਾਂ ਵਿੱਚੋਂ ਇੱਕ ਮੈਂ ਵੀ ਸੀ। ਉਹ ਕੋਈ ਉਚੇਚੀ ਗੱਲ ਨਹੀਂ ਜਾਪਦੀ ਸੀ ਕਿਉਂਕਿ ਸੱਜੇ ਖੱਬੇ ਸਭ ਮੁੰਡੇ ਲੈਫਟੈਂਟ ਬਣ ਰਹੇ ਸਨ। ਪਿੰਡ ਪਿੰਡ ਵਿੱਚੋਂ ਲੈਫਟੈਂਟ ਗਏ ਲੱਗਦੇ ਸਨ। ਸਿਖਲਾਈ ਵਾਲੀ ਥਾਂ ਜਾ ਕੇ ਇਸ ਤਰ੍ਹਾਂ ਲੱਗਾ ਜਿਵੇਂ ਸਾਰੀ ਫੌਜੀ ਲੈਫਟੈਂਟਾਂ ਦੀ ਹੀ ਹੋਵੇਗੀ, ਸਿਪਾਹੀ ਕੋਈ ਨਹੀਂ ਹੋਣਗੇ। ਪਰ ਸਿਖਲਾਈ ਪਿੱਛੋਂ ਯੂਨਿਟਾਂ ਵਿੱਚ ਜਾ ਕੇ ਪਤਾ ਲੱਗਾ ਕਿ ਹਿੰਦੁਸਤਾਨੀ ਫੌਜ ਵਿੱਚ ਵੀ ਹਿੰਦੁਸਤਾਨੀ ਅਫਸਰ ਆਟੇ ਵਿੱਚ ਲੂਣ ਬਰਾਬਰ ਹੀ ਹਨ। ਆਮ ਯੂਨਿਟਾਂ ਵਿੱਚ 30-35 ਅਫਸਰਾਂ ਵਿੱਚੋਂ 2-3 ਹੀ ਹਿੰਦੁਸਤਾਨੀ ਹੁੰਦੇ ਅਤੇ ਬਾਕੀ ਅੰਗਰੇਜ਼। ਵੱਡਾ ਅਫਸਰ ਤਾਂ ਕੋਈ ਹਿੰਦੁਸਤਾਨੀ ਹੈ ਹੀ ਨਹੀਂ ਸੀ। ਭਾਵੇਂ ਸਾਡੀਆਂ ਤਨਖਾਹਾਂ, ਅਖਤਿਆਰਾਂ ਅਤੇ ਸਰਦਾਰੀ ਵਿੱਚ ਕੋਈ ਫਰਕ ਨਹੀਂ, ਖਾਣ ਪੀਣ ਅਤੇ ਸੋਹਣਾ ਬਹਿਣਾ ਵੀ ਇਕੱਠਾ ਵੀ ਸੀ, ਪਰ ਫਿਰ ਵੀ ਨਾ ਅੰਗਰੇਜ਼ ਸਾਨੂੰ ਆਪਣੇ ਬਰਾਬਰ ਦਾ ਸਮਝਦੇ ਸੀ ਅਤੇ ਨਾ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਦਾ। ਕਿਸੇ ਗੋਰੇ ਸਿਪਾਹੀ ਦਾ ਨਿਮਰਤਾ ਨਾਲ ਸਲਾਮ ਕਰਨਾ ਜਾਂ ਕਿਸੇ ਅੰਗਰੇਜ਼ ਨਰਸ ਦਾ ਪਿਆਰ ਨਾਲ ਗੱਲ ਕਰ ਲੈਣਾ ਸਾਡੇ ਲਈ ਸਵਰਗਾਂ ਦਾ ਝੂਟਾ ਸੀ। ਇਸ ਨਾ ਬਰਾਬਰੀ ਦੀ ਹਾਲਤ ਲਈ ਨਾ ਉਹ ਪੂਰੇ ਕਸੂਰਵਾਰ ਸਨ ਅਤੇ ਨਾ ਅਸੀਂ। 100-150 ਸਾਲ ਤੋਂ ਹਾਲਾਤ ਹੀ ਐਸੇ ਸਨ। ਇਸ ਕੁਦਰਤੀ ਫਰਕ ਦਾ ਉਸ ਵੇਲੇ ਇੱਕ ਸੰਕੇਤ ਇਹ ਸੀ ਕਿ ਅਸੀਂ ਤਾਂ ਆਪਣੀ ਫੌਜ ਦੀ ਨੌਕਰੀ ਨੂੰ ਪਰਮਾਤਮਾ ਅਤੇ ਸਰਕਾਰ ਦੀ ਵੱਡੀ ਬਖਸ਼ਿਸ਼ ਸਮਝਦੇ ਸਾਂ ਅਤੇ ਇਸੇ ਦਾ ਕਿਸੇ ਤਰ੍ਹਾਂ ਪੱਕੇ ਹੋ ਜਾਣਾ ਸਾਡਾ ਸੁੰਦਰ ਸੁਪਨਾ ਸੀ। ਪਰ ਅੰਗਰੇਜ਼ ਜਬਰੀ ਭਰਤੀ ਹੇਠ ਆਏ ਹੋਏ ਸਨ ਅਤੇ ਉਡੀਕਦੇ ਸਨ ਕਿ ਕਦੋਂ ਲੜਾਈ ਖਤਮ ਹੋਵੇ ਅਤੇ ਕਦੋਂ ਫੌਜੀ ਨੌਕਰੀ ਤੋਂ ਖਲਾਸੀ ਮਿਲੇ। ਭਾਵੇਂ ਉਹਨਾਂ ਵਿੱਚੋਂ ਕਈ ਚੰਗੇ ਆਦਮੀ ਸਨ, ਪਰ ਸਾਡੀ ਅਤੇ ਉਹਨਾਂ ਦੀ ਕੋਈ ਦਿਲੀ ਸਾਂਝ ਨਹੀਂ ਬਣਦੀ ਸੀ। ਅਸੀਂ ਇਕੱਠੇ ਸ਼ਰਾਬ ਪੀਂਦੇ, ਜਨਾਨੀਆਂ ਦੀਆਂ, ਆਪਣੇ ਦੇਸ਼ ਦੀਆਂ, ਰਿਵਾਜ਼ਾਂ ਦੀਆਂ, ਧਰਮਾਂ ਦੀਆਂ ਅਤੇ ਬੋਲੀ ਦੀਆਂ ਝੂਠੀਆਂ ਸੱਚੀਆਂ ਗੱਲਾਂ ਕਰਦੇ ਅਤੇ ਫਿਰ ਹੱਸਦੇ ਹੱਸਦੇ ਆ ਕੇ ਸੋ ਜਾਂਦੇ। ਕਦੇ ਕਿਸੇ ਅੰਗਰੇਜ਼ ਨੇ ਇਹ ਨਹੀਂ ਸੀ ਕਿਹਾ ਕਿ ਜੇ ਤੂੰ ਛੁੱਟੀ ਚੱਲਿਆ ਤਾਂ ਮੈਂ ਵੀ ਛੁੱਟੀ ਲੈ ਕੇ ਤੇਰੇ ਨਾਲ ਪਿੰਡ ਚੱਲਦਾ ਹਾਂ। ਪਰ ਹਾਂ, ਇੱਕ ਅੰਗਰੇਜ਼ ਅਫਸਰ ਸੀ ਜਿਹੜਾ ਸਾਡੇ ਵਿੱਚ ਦੂਜਿਆਂ ਨਾਲੋਂ ਕੁਝ ਬਹੁਤਾ ਭਿੱਜਦਾ ਸੀ। ਉਸਦਾ ਨਾਂ ਮਿਲਿੰਗਟਨ ਸੀ। ਮਿਲਿੰਗਟਨ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਿਆ ਸੀ। ਧਰਮ ਅਤੇ ਦਰਸ਼ਨ ਦਾ ਵਿਦਿਆਰਥੀ ਸੀ। ਬੜਾ ਮਲੂਕ ਜਿਹਾ ਦਿਸਦਾ ਸੀ। ਉਹਦੀਆਂ ਅੱਖਾਂ ਵਿੱਚ ਸਦਾ ਪਿਆਰ ਅਤੇ ਤਰਲਾ ਜਿਹਾ ਹੁੰਦਾ ਸੀ, ਜਿਸ ਕਰਕੇ ਉਹਦੇ ਕੋਲ ਬੈਠਣ ਨੂੰ ਬੜਾ ਅਜੀਬ ਕਰਦਾ ਸੀ। ਅੰਗਰੇਜ਼ ਅਫਸਰਾਂ ਵਿੱਚੋਂ ਬਹੁਤ ਸਰ ਕਢਵਾਣੇ ਗਿਣਿਆ ਜਾਂਦਾ ਸੀ। ਮੈਸ ਵਿੱਚ ਬਹੁਤਾ ਬੋਲਦਾ ਨਹੀਂ ਸੀ, ਪਰੇਡ 'ਤੇ ਬਹੁਤੀ ਚੁਸਤੀ ਦਾ ਪ੍ਰਭਾਵ ਨਹੀਂ ਸੀ ਦਿੰਦਾ, ਪਰ ਉਸਨੂੰ ਘਟੀਆ ਵੀ ਨਹੀਂ ਗਿਣਿਆ ਜਾਂਦਾ ਸੀ। ਅਸਲ ਵਿੱਚ ਜਿਹੜਾ ਅੰਗਰੇਜ਼ ਅਫਸਰ ਸਵੇਰੇ ਵਕਤ ਸਰ ਉੱਠ ਕੇ ਦਾੜੀ ਮੁੰਨ ਕੇ ਪਰੇਡ 'ਤੇ ਆ ਜਾਵੇ ਅਤੇ ਔਖਾ ਸੌਖਾ ਡੰਗ ਸਾਰ ਲਵੇ, ਉਸਨੂੰ ਘਟੀਆ ਨਹੀਂ ਸੀ ਗਿਣਿਆ ਜਾਂਦਾ। ਪਰ ਹੋਰ ਅੰਗਰੇਜ਼ ਅਫਸਰ ਇਸ ਤਰ੍ਹਾਂ ਤੁਰਦੇ ਫਿਰਦੇ ਸਨ ਜਿਵੇਂ 100-100 ਮੀਲ ਤੱਕ ਉਹਨਾਂ ਦੇ ਮੇਚ ਦਾ ਬੰਦਾ ਹੀ ਨਾ ਹੋਵੇ। ਡਿਊਟੀ ਤੋਂ ਵਿਹਲਾ ਹੋ ਕੇ ਉਹ ਹਿੰਦੁਸਤਾਨੀ ਕੱਪੜੇ ਪਾ ਲੈਂਦਾ, ਪਠਾਨਾ ਵਾਲੀ ਸਲਵਾਰ ਕਮੀਜ਼ ਅਤੇ ਸਰ ਉੱਤੇ ਕੂਲੇ ਵਾਲੀ ਪੱਗ, ਆਪਣੇ ਬਹਿਰੇ ਨਾਲ ਹਿੰਦੁਸਤਾਨੀ ਵਿੱਚ ਗੱਲ ਕਰਦਾ। ਉਸਨੂੰ ਅੰਗਰੇਜ਼ੀ ਸਿਖਾਉਣ ਦੀ ਥਾਂ ਆਪ ਉਸ ਕੋਲੋਂ ਹਿੰਦੁਸਤਾਨੀ ਸਿੱਖਦਾ ਰਹਿੰਦਾ। ਭਾਰਤੀ ਸੱਭਿਅਤਾ ਉੱਤੇ ਉਸ ਕੋਈ ਬੜੀਆਂ ਕਿਤਾਬਾਂ ਰੱਖੀਆਂ ਹੋਈਆਂ ਸੀ। ਮੈਂ ਕਦੇ ਉਸਨੂੰ ਕਦੀ ਕੋਈ ਨਵੀਂ ਗੱਲ ਦੱਸ ਸਕਦਾ, ਉਸਨੂੰ ਪਹਿਲਾਂ ਹੀ ਪਤਾ ਹੁੰਦੀ ਸੀ। ਮੇਰੇ ਮੂੰਹੋਂ ਗੱਲ ਸੁਣਨ ਦੀ ਥਾਂ ਉਹ ਮੇਰੇ ਅੰਦਰ ਢੋਂਦਾ ਰਹਿੰਦਾ। ਅਸੀਂ ਬਗੈਰ ਗੱਲ ਕਰਨ ਦੇ ਹੀ ਕਿੰਨਾ ਕਿੰਨਾ ਚਿਰ ਬੈਠੇ ਰਹਿੰਦੇ। ਛੁੱਟੀ ਵਾਲੇ ਦਿਨ ਸ਼ਿਕਾਰ ਖੇਡਣ ਦੇ ਭੱਜ ਅਸੀਂ ਪਿੰਡਾਂ ਵਿੱਚ ਜਾ ਵੜਦੇ ਅਤੇ ਉਹ ਮੇਰੇ ਰਾਹੀਂ ਲੋਕਾਂ ਨਾਲ ਗੱਲਾਂ ਕਰਦਾ ਰਹਿੰਦਾ ਅਤੇ ਉਹਨਾਂ ਦੀ ਘਰ ਘਾਟ ਵੇਖਦਾ ਫਿਰ।
ਆਮ ਕੱਪੜੇ ਪਾ ਕੇ ਅਸੀਂ ਸ਼ਾਹਜਹਾਨਪੁਰ ਦੇ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ, ਲਖਨਊ ਦੀਆਂ ਕੰਜਰੀਆਂ ਤੋਂ ਗਾਉਣ ਸੁਣਦੇ ਅਤੇ ਉਹਨਾਂ ਦੇ ਨਾਚ ਵੇਖਦੇ ਰਹਿੰਦੇ। ਜਿਸ ਤਰ੍ਹਾਂ ਫੌਜੀ ਅਫਸਰਾਂ ਦੀਆਂ ਕੋਠੀਆਂ ਉਸ ਦੀ ਦੁਨੀਆ ਸੀ ਅਤੇ ਮੈਂ ਕੇਵਲ ਇੱਕ ਸੱਦਿਆ ਹੋਇਆ ਜਾਂ ਅਣਸੱਦਿਆ ਪਰਾਉਣਾ ਸਾਂ, ਇਸ ਤਰ੍ਹਾਂ ਇਹ ਬਾਜ਼ਾਰ ਮੇਰੀ ਦੁਨੀਆ ਸਨ। ਪਰ ਇੱਥੇ ਵੀ ਉਹ ਮੇਰੇ ਤੋਂ ਬਹੁਤਾ ਸਵਾਦ ਲੈ ਸਕਦਾ ਸੀ। ਉਸਨੂੰ ਹਿੰਦੁਸਤਾਨੀ ਨਾਚ ਅਤੇ ਗਾਉਣ ਦੀ ਚੋਖੀ ਸਮਝ ਸੀ ਅਤੇ ਐਲਾਨ ਹੋਣ ਤੋਂ ਬਿਨਾਂ ਵੀ ਉਹ ਦੱਸ ਸਕਦਾ ਸੀ ਕਿ ਠੁਮਰੀ ਗਾਵੀ ਜਾ ਰਹੀ ਹੈ ਜਾਂ ਦਦਰਾ। ਬਰੇਲੀ ਵਿੱਚੋਂ ਅਸੀਂ ਪ੍ਰਾਈਵੇਟ ਕੰਜਰੀਆਂ ਦੇ ਘਰਾਂ ਵਿੱਚ ਜਾਂਦੇ, ਉਹਨਾਂ ਦੇ ਬਿਸਤਰਿਆਂ ਉੱਤੇ ਬਹਿ ਕੇ ਉਹ ਬੱਚਿਆਂ ਵਾਂਗ ਉਹਨਾਂ ਨਾਲ ਗੱਲਾਂ ਕਰਦਾ ਰਹਿੰਦਾ, ਉੱਠ ਕੇ ਆ ਕੇ ਉਹਨਾਂ ਦੇ ਘਰਾਂ ਦੇ ਬਾਹਰ ਬੈਠਾ ਜਾਂ ਟਹਿਲਦਾ ਰਹਿੰਦਾ, ਵੇਖਣ ਲਈ ਕਿ ਹੋਰ ਲੋਕ ਕੀ ਕਰਦੇ ਨੇ, ਕੀ ਗੱਲਾਂ ਕਰਦੇ ਨੇ, ਕਿਵੇਂ ਰਹਿੰਦੇ ਨੇ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੰਗਰੇਜ਼ੀ ਰਾਜ ਲਈ ਇਸ ਦੇਸ਼ ਨੂੰ ਬਚਾਉਣ ਆਏ ਨੂੰ ਉਸ ਨਾਲ ਸਨੇਹ ਹੋ ਗਿਆ ਸੀ ਦੇਸ਼ ਨਾਲ। ਆਪਣੀ ਨੌਕਰੀ ਵਜਾਉਣ ਦੀ ਥਾਂ ਉਹ ਬਹੁਤਾ ਭਾਰਤ ਦੀ ਆਤਮਾ ਦੀ ਟੋਹ ਵਿੱਚ ਸੀ। ਇੱਕ ਵਾਰ ਮੋਟਰ ਵਿੱਚ ਅਲਮੋੜੇ ਜਾਂਦਿਆਂ ਰਾਹ ਵਿੱਚ ਬਹੁਤ ਸੁੰਦਰ ਪਹਾੜੀ ਦ੍ਰਿਸ਼ ਆਏ। ਉਹ ਮਸਤ ਹੋਇਆ ਵੇਖਦਿਆਂ ਰਿਹਾ ਅਤੇ ਫਿਰ ਉਸਨੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ। ਤੂੰ ਕਿਸ ਨੂੰ ਨਮਸਕਾਰ ਕਰ ਰਿਹਾ ਹੈ, ਮੈਂ ਪੁੱਛਿਆ। ਪਤਾ ਨਹੀਂ ਕਿਸ ਨੂੰ, ਪਰ ਮੇਰਾ ਜੀ ਕੀਤਾ ਸੀ, ਉਸਨੇ ਕਿਹਾ। ਉਸੇ ਯੂਨਿਟ ਵਿੱਚੋਂ ਹੀ ਮੈਨੂੰ ਫੌਜ ਤੋਂ ਛੁੱਟੀ ਹੋ ਗਈ। ਜਦੋਂ ਮੈਂ ਨੌਕਰੀ ਛੱਡ ਕੇ ਆਉਣ ਲੱਗਾ ਤਾਂ ਮਲਿੰਗਟਨ ਤੋਂ ਵੀ ਵਿਦਾ ਹੋਣਾ ਸੀ। ਇੱਥੋਂ ਵਿਹਲਾ ਹੋ ਕੇ ਮੈਂ ਆਪਣੇ ਦੇਸ਼ ਮੁੜ ਜਾਵਾਂਗਾ, ਉਸਨੇ ਕਿਹਾ। ਅਤੇ ਤੂੰ ਕਦੀ ਜੇ ਉੱਧਰ ਆਇਆ ਤਾਂ ਮੈਨੂੰ ਚਿੱਠੀ ਲਿਖੀ, ਮੈਂ ਤੈਨੂੰ ਮਿਲਾਂਗਾ। ਮੇਰਾ ਹਮੇਸ਼ਾ ਵਾਸਤੇ ਦਾ ਪਤਾ ਗ੍ਰਿੰਡਲੀ ਬੈਂਕ ਲੰਡਨ ਹੈ। ਮੇਰਾ ਉਹਨਾਂ ਨਾਲ ਹਿਸਾਬ ਹੈ, ਮੈਂ ਜਿੱਥੇ ਵੀ ਹੋਵਾਂ ਉਹਨਾਂ ਨੂੰ ਪਤਾ ਹੁੰਦਾ ਹੈ, ਹਰ ਚਿੱਠੀ ਉਹ ਮੈਨੂੰ ਉੱਥੇ ਭੇਜ ਦਿੰਦੇ ਨੇ। ਇਹ ਬੜਾ ਸਿੱਧਾ ਅਤੇ ਸੌਖਾ ਪਤਾ ਹੈ। ਹੁਣ ਤੇਰੇ ਕੋਲ ਮੈਨੂੰ ਪਤਾ ਨਾ ਦੇਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ। ਹਾਂ, ਪਰ ਮੈਨੂੰ ਅਗਲੇ ਕੁਝ ਸਾਲਾਂ ਵਿੱਚ ਇੰਗਲੈਂਡ ਜਾ ਸਕਣ ਦੀ ਉਮੀਦ ਨਹੀਂ ਹੈ, ਮੈਂ ਦੱਸਿਆ। ਉਸ ਤੋਂ ਮਗਰੋਂ ਸ਼ਾਇਦ ਮੇਰਾ ਕਦੀ ਜਾਣ ਨੂੰ ਜੀ ਵੀ ਨਾ ਕਰੇ, ਇਸ ਲਈ ਇਸ ਪਤੇ ਦੀ ਕੋਈ ਵਰਤੋਂ ਨਹੀਂ ਹੈ। ਕਰ ਸਕਾਂਗਾ ਜੇ ਮੁਲਾਕਾਤ ਨੂੰ ਤੂੰ ਵੈਸੇ ਤੂੰ ਆਖਰੀ ਹੀ ਸਮਝ। ਨਹੀਂ ਨਹੀਂ, ਖਬਰੇ ਆਖਰੀ ਨਾ ਹੋਵੇ, ਦੁਨੀਆ ਬਹੁਤ ਛੋਟੀ ਹੋ ਰਹੀ ਹੈ। ਸ਼ਾਇਦ ਮੈਂ ਹੀ ਕਦੇ ਫਿਰ ਇੱਧਰ ਨੂੰ ਆ ਜਾਵਾਂ ਤਾਂ ਮੈਨੂੰ ਆਪਣਾ ਹਮੇਸ਼ਾ ਵਾਸਤੇ ਦਾ ਪਤਾ ਲਿਖ ਦੇ। ਇੱਕ ਕਾਗਜ਼ ਉੱਤੇ ਮੈਂ ਆਪਣਾ ਨਾਂ, ਪਿੰਡ ਦਾ ਡਾਕਖਾਨਾ ਅਤੇ ਜ਼ਿਲ੍ਹਾ ਲਿਖ ਕੇ ਉਸਦੇ ਹੱਥ ਵਿੱਚ ਫੜਾ ਦਿੱਤਾ। ਉਸਨੇ ਉਹ ਸਿਰਨਾਵਾ ਪੜ੍ਹ ਕੇ ਵੇਖਿਆ, ਇਹ ਪੱਕਾ ਕਰਨ ਲਈ ਕਿ ਉਹ ਸਾਰੇ ਅੱਖਰ ਉਠਾਲ ਸਕਦਾ ਹੈ। ਇਹ ਤੇਰਾ ਸਦਾ ਵਾਸਤੇ ਦਾ ਪਤਾ ਹੈ, ਉਸਨੇ ਪੁੱਛਿਆ। ਉਹ ਮੇਰੇ ਪਿੰਡ ਨੂੰ ਇੰਗਲੈਂਡ ਦੇ ਇੱਕ ਵੱਡੇ ਪਿੰਡ ਨਾਲੋਂ ਘੱਟ ਸਥਿਰ ਸਮਝਦਾ ਸੀ। ਹਾਂ, ਅਣਗਿਣਤ ਸਦੀਆਂ ਤੋਂ ਮੇਰੇ ਵੜੀਕਿਆਂ ਦਾ ਇਹੋ ਪਤਾ ਰਿਹਾ ਹੈ ਅਤੇ ਤੇਰੀ ਉਮਰ 'ਤੇ ਅਜੇ ਭੁਗਤਾ ਹੀ ਜਾਏਗਾ, ਮੈਂ ਮਾਣ ਨਾਲ ਕਿਹਾ। ਉਸਨੇ ਮੇਰੀ ਗੱਲ ਸੁਣੀ ਅਤੇ ਖਲੋਤੇ ਖਲੋਤੇ ਨੇ ਮੱਥਾ ਟੇਕਿਆ। ਤੂੰ ਕਿਸ ਨੂੰ ਨਮਸਕਾਰ ਕੀਤੀ ਹੈ? ਪਤਾ ਨਹੀਂ, ਮੇਰਾ ਜੀ ਕੀਤਾ ਸੀ ਬਸ। ਨਹੀਂ, ਤੈਨੂੰ ਪਤਾ ਹੈ ਤੂੰ ਮੈਨੂੰ ਨਮਸਕਾਰ ਕੀਤੀ ਹੈ। ਨਹੀਂ, ਬਿਲਕੁਲ ਨਹੀਂ, ਮੈਂ ਪ੍ਰਾਣੀਆਂ ਨੂੰ ਇਹੋ ਜਿਹੀ ਨਮਸਕਾਰ ਨਹੀਂ ਕਰਦਾ। ਤੈਨੂੰ ਮੈਂ ਜਾਣ ਲੱਗੇ ਨੂੰ ਵੱਡੇ ਅਫਸਰ ਦਾ ਸਲਿਊਟ ਕਰਾਂਗਾ, ਕਿਉਂਕਿ ਮੈਂ ਉਸ ਤੋਂ ਕੁਛ ਚਿਰ ਪਹਿਲਾਂ ਭਰਤੀ ਹੋਇਆ ਸਾਂ ਸ਼ਾਇਦ। ਤਾਂ ਇਸ ਦੇ ਕੁਛ ਚਿਰ ਪਿੱਛੋਂ ਅੰਗਰੇਜ਼ੀ ਰਾਜ ਖਤਮ ਹੋ ਗਿਆ, ਹਿੰਦੁਸਤਾਨ ਆਜ਼ਾਦ ਹੋ ਗਿਆ। ਵਿਦੇਸ਼ਾਂ ਵਿੱਚ ਭਾਂਤ ਭਾਂਤ ਦੀਆਂ ਗੱਲਾਂ ਹੋਈਆਂ। ਕਿਸੇ ਨੇ ਕਿਹਾ ਕਿ ਹਿੰਦੁਸਤਾਨ ਡੁੱਬ ਜਾਏਗਾ, ਟੋਟੇ ਹੋ ਕੇ ਖਤਮ ਹੋ ਜਾਏਗਾ। ਕਿਸੇ ਹੋਰ ਨੇ ਕਿਹਾ ਅਜੇ ਆਜ਼ਾਦ ਹੋਇਆ ਹੀ ਨਹੀਂ ਹੈ, ਭੁਲੇਖਾ ਹੈ, ਕੋਈ ਛਲ ਹੈ। ਕਈ ਕਹਿੰਦੇ ਗੱਲ ਇਸ ਦੇ ਕੁਝ ਵਿਚਕਾਰ ਵਿਚਕਾਰ ਹੈ। ਨਵਾਂ ਜੰਮਿਆ ਭਾਰਤ ਹੌਲੀ ਹੌਲੀ ਰਿੜਨ ਲੱਗ ਪਿਆ। ਇਹ ਆਸ ਬੰਨਣ ਲੱਗੀ ਹੈ ਕਿ ਕਿਸੇ ਦਿਨ ਇਹ ਉੱਠ ਕੇ ਖਲੋ ਜਾਏਗਾ ਅਤੇ ਫਿਰ ਤੁਰ ਕੇ ਜਾਂ ਭੱਜ ਕੇ ਦੂਜੇ ਵੱਡੇ ਦੇਸ਼ਾਂ ਨਾਲ ਜਾ ਰਲੇਗਾ। ਕਿਵੇਂ ਕੰਮ ਹੋ ਰਿਹਾ ਹੈ, ਇੰਨੇ ਕਰੋੜਾਂ ਦੀ ਵਸੋਂ ਨਾਲ ਕਿਵੇਂ ਬੀਤ ਰਹੀ ਹੈ, ਇਹ ਕੁਝ ਵੇਖਣ ਲਈ ਕਈ ਲੋਕ ਵਿਦੇਸ਼ਾਂ ਤੋਂ ਆਉਂਦੇ। ਕੁਝ ਇਹ ਵੇਖਣ ਆਉਂਦੇ ਕਿ ਦੁਨੀਆ ਦੇ ਦੋ ਵੱਡੇ ਧੜਿਆਂ ਵਿੱਚੋਂ ਇਹ ਕਿਸ ਨਾਲ ਰਲੇਗਾ। ਜਿਵੇਂ ਜੱਟਾਂ ਦੇ ਦੋ ਧੜੇ ਕਿਸੇ ਜਨਾਨੀ ਤੋਂ ਬਿਆਨ ਕਰਵਾਉਣ ਲਈ ਕਿਰਪਾਨਾਂ ਖਿੱਚੀ
ਕਚਹਿਰੀ ਦੇ ਬਾਹਰ ਫਿਰਦੇ ਰਹਿੰਦੇ ਹਨ। ਕੁਝ ਵਰੇ ਹੋਰ ਲੰਘ ਗਏ। ਇੱਕ ਦਿਨ ਮੇਰੀ ਮਾਂ ਨੇ ਕਿਹਾ, ਇਹ ਓਪਰੀ ਜਿਹੀ ਚਿੱਠੀ ਆਈ ਹੈ। ਮੈਂ ਚਿੱਠੀ ਵੇਖੀ, ਉੱਤੇ ਅੰਗਰੇਜ਼ਾਂ ਦੀ ਮਲਿਕਾ ਦੀ ਮੂਰਤ ਸੀ। ਟਿਕਟ ਉੱਤੇ ਇਸਦੇ ਪਿਓ ਦੀ ਮੂਰਤ ਨੂੰ ਮੇਰੀ ਮਾਂ ਓਪਰੀ ਨਹੀਂ ਸੀ ਸਮਝਦੀ, ਪਰ ਇਸਦੀ ਮੂਰਤ ਉਸਨੂੰ ਓਪਰੀ ਲੱਗੀ। ਚਲੋ ਕੁਝ ਤਾਂ ਫਰਕ ਹੈ, ਮੈਂ ਸੋਚਿਆ। ਚਿੱਠੀ ਖੋਲ੍ਹੀ, ਮਲਿੰਗਟਨ ਦੀ ਸੀ। ਉਹ ਭਾਰਤ ਆ ਰਿਹਾ ਸੀ, ਉੱਥੇ ਬੈਠੇ ਬਿਠਾਏ ਨੇ ਦਿੱਲੀ ਹੋਟਲ ਵਿੱਚ ਕਮਰਾ ਲੈ ਲਿਆ ਸੀ ਅਤੇ ਮੈਨੂੰ ਹੋਟਲ ਵਿੱਚ ਮਿਲਣ ਦੀ ਲਿਖਿਆ ਸੀ। ਮੈਂ ਦਿੱਲੀ ਗਿਆ। ਮਲਿੰਗਟਨ ਨੂੰ ਪਹਿਚਾਨਣਾ ਬਹੁਤ ਔਖਾ ਨਹੀਂ ਸੀ। ਉਸਨੇ ਪਹਿਲੇ ਵਾਂਗ ਹੀ ਛੋਟੀ ਛੋਟੀਆਂ ਮੁੱਛਾਂ ਰੱਖੀਆਂ ਸਨ, ਜਿਹੜੀਆਂ ਉਸੇ ਤਰ੍ਹਾਂ ਹੀ ਭੂਰੀਆਂ ਸਨ। ਚੱਲ ਤੇਰੇ ਪੰਜਾਬ ਚੱਲੀਏ, ਉਸਨੇ ਕਿਹਾ। ਕਿਉਂ, ਤੈਨੂੰ ਦਿੱਲੀ ਪਸੰਦ ਨਹੀਂ ਆਈ? ਮੈਂ ਪੁੱਛਿਆ। ਉਸ ਪਸੰਦ ਨਾ ਪਸੰਦ ਦਾ ਸਵਾਲ ਨਹੀਂ, ਇਹ ਮੇਰੀ ਪਕੜ ਵਿੱਚ ਹੀ ਨਹੀਂ ਆ ਰਹੀ। ਕੋਈ ਦਾਣਾ ਹੱਥ ਵਿੱਚ ਨਹੀਂ ਆਉਂਦਾ ਜਿਸ ਨੂੰ ਵੇਖ ਕੇ ਇਸ ਦਾਲ ਦਾ ਪਤਾ ਲੱਗੇ। ਮੈਂ ਨਵੇਂ ਭਾਰਤ ਦੀ ਨਬਜ਼ ਵੇਖਣੀ ਚਾਹੁੰਦਾ ਹਾਂ, ਉਸਨੇ ਅਖਬਾਰੀ ਬੋਲੀ ਵਿੱਚ ਕਿਹਾ। ਪੰਜਾਬ ਵਿੱਚ ਦੋ ਥਾਵਾਂ ਹੀ ਬਹੁਤ ਨਵੀਆਂ ਗਿਣਦੇ ਨੇ, ਇੱਕ ਭਾਖੜਾ ਨੰਗਲ ਅਤੇ ਦੂਜਾ ਚੰਡੀਗੜ੍ਹ, ਮੈਂ ਟੂਰਿਸਟ ਗਾਈਡ ਵਾਂਗ ਬੋਲਿਆ। ਇਹਨਾਂ ਦੋਹਾਂ ਬਾਰੇ ਮੈਂ ਸੁਣਿਆ ਹੈ, ਪਰ ਮੈਂ ਇਹ ਵੇਖਣ ਇੱਥੇ ਨਹੀਂ ਆਇਆ। ਇਹ ਤਾਂ ਉਸ ਤਰ੍ਹਾਂ ਵੀ ਬਣ ਸਕਦੇ ਨੇ, ਫਿਰ ਮੈਂ ਤੈਨੂੰ ਵਿਖਾਵਾਂ ਕੀ। ਬਸ ਤੂੰ ਮੈਨੂੰ ਭਵਾਈ, ਫਿਰ ਸ਼ਾਇਦ ਮੇਰੇ ਪੱਲੇ ਕੁਝ ਪੈ ਜਾਏ। ਮੈਂ ਉਸਨੂੰ ਪੰਜਾਬ ਲਿਆਇਆ ਅਤੇ ਅਸੀਂ ਥਾਂ ਥਾਂ ਫਿਰਨ ਲੱਗੇ। ਇੱਕ ਦਿਨ ਜਰਨੈਲੀ ਸੜਕ ਉੱਤੇ ਤੁਰਦੇ ਆ ਰਹੇ ਸਾਂ। ਦੋ ਸੜਕਾਂ ਦੇ ਮਧਾਣੀ ਜੁੱਟ ਵਿੱਚ ਬਣੇ ਚੱਕਰ ਉੱਤੇ ਇਹ ਇਕੱਲੀ ਖਲੋਤੀ ਸੀ। ਜੇ ਕਿਸੇ ਨੇ ਕਦੇ ਕੋਈ ਸ਼ਹਿਜ਼ਾਦੀ ਚੌਂਕ ਵਿੱਚ ਖਲੋਤੀ ਵੇਖੀ ਹੈ, ਉਹ ਇਸ ਤਰ੍ਹਾਂ ਹੀ ਲੱਗਦੀ ਹੋਵੇਗੀ। ਜੇ ਸ਼ਹਿਜ਼ਾਦੀ ਇੰਨੀ ਸੁੰਦਰ ਅਤੇ ਲੰਮੀ ਨਾ ਹੋਵੇਗੀ ਤਾਂ ਹੋਰ ਕੌਣ ਹੋਵੇਗੀ? ਉਸਨੇ ਬੜੇ ਫੱਬਵੇਂ ਕੱਪੜੇ ਪਾਏ ਹੋਏ ਸਨ, ਸ਼ੌਕੀ ਵੀ ਆਖੇ ਜਾ ਸਕਦੇ ਸਨ। ਹਰ ਲੰਘਦੇ ਆਉਂਦੇ ਦਾ ਧਿਆਨ ਉਹ ਖਿੱਚ ਰਹੀ ਸੀ, ਪਰ ਉਸਦਾ ਆਪਣਾ ਧਿਆਨ ਇਸ ਗੱਲ ਵੱਲ ਨਹੀਂ ਸੀ। ਉਹ ਬੜੇ ਘਾਉ ਨਾਲ ਸੜਕ ਉੱਤੇ ਆਉਂਦੇ ਕਿਸੇ ਨੂੰ ਲੱਭ ਰਹੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅੱਖਾਂ ਰਾਹੀਂ ਹੀ ਸਾਹ ਲੈ ਰਹੀ ਹੋਵੇ। ਜਦੋਂ ਅਸੀਂ ਉਸਦੀ ਨਜ਼ਰ ਦੀ ਮਾਰ ਹੇਠ ਆਏ ਤਾਂ ਮੈਨੂੰ ਪਛਾਣ ਕੇ ਉਹ ਮੁਸਕਰਾਈ। ਮੇਰਾ ਖਿਆਲ ਹੈ ਮਲਿੰਗਟਨ ਵੀ ਮੇਰੇ ਵਾਂਗ ਪਹਿਲਾਂ ਹੀ ਉਸ ਵੱਲ ਵੇਖ ਰਿਹਾ ਸੀ, ਭਾਵੇਂ ਅਸਾਂ ਅਜੇ ਉਸ ਬਾਰੇ ਕੋਈ ਗੱਲ ਨਹੀਂ ਕੀਤੀ ਸੀ। ਤੂੰ ਇਸਨੂੰ ਜਾਣਨਾ? ਮਲਿੰਗਟਨ ਨੇ ਇੱਕਦਮ ਕੰਨ ਚੁੱਕ ਕੇ ਕਿਹਾ। ਹਾਂ, ਤੇ ਦਿਸਦਾ ਹੀ ਪਿਆ। ਕੌਣ ਹੈ? ਡਾਕਟਰ ਹੈ, ਇਸਨੇ ਮੇਰੇ ਬੱਚੇ ਦਾ ਇਲਾਜ ਕੀਤਾ ਸੀ, ਉਦੋਂ ਦੀ ਵਾਕਿਫ ਹੈ। ਮੈਂ ਇਸ ਨਾਲ ਗੱਲਾਂ ਕਰਨੀਆਂ ਚਾਹੁੰਦਾ। ਮੈਂ ਵੀ, ਮਲਿੰਗਟਨ ਨੇ ਕਿਹਾ, ਕਿਉਂਕਿ ਜਦੋਂ ਮੈਂ ਪਹਿਲਾਂ ਵੇਖੀ ਸੀ ਉਦੋਂ ਨਾਲੋਂ ਹੁਣ ਉਸਦੇ ਮੂੰਹ ਉੱਤੇ ਬੜੀ ਰੌਣਕ ਅਤੇ ਖੁਸ਼ੀ ਹੈ। ਉਸਦੇ ਕੋਲ ਅੱਪੜ ਕੇ ਅਸੀਂ ਦੋਵੇਂ ਵੀ ਚੱਕਰ ਉੱਤੇ ਚੜ ਗਏ। ਆਲੇ ਦੁਆਲੇ ਟ੍ਰੈਫਿਕ ਘੁੰਮ ਰਿਹਾ ਸੀ, ਲੋਕ ਆ ਜਾ ਰਹੇ ਸਨ। ਮਲਿੰਗਟਨ ਨਾਲ ਵਾਕਫੀਅਤ ਕਰਾਉਣ ਪਿੱਛੋਂ ਮੈਂ ਪੁੱਛਿਆ, ਇੱਥੇ ਕੀ ਕਰਦੀ ਹੈ? ਕੁਛ ਖਾਸ ਨਹੀਂ, ਕਿਸੇ ਨੂੰ ਆਉਂਦਾ ਵੇਖ ਰਹੀ ਸੀ, ਪਰ ਹੁਣ ਉਹ ਨਹੀਂ ਆਉਂਦਾ ਲੱਗਦਾ। ਚੱਲ ਫਿਰ ਕੌਫੀ ਪੀਏ। ਚਲੋ, ਅਸੀਂ ਸਾਰੇ ਇੱਕ ਹੋਟਲ ਅੰਦਰ ਚਲੇ ਗਏ। ਸੁਣਾ, ਤੇਰੀ ਡਾਕਟਰੀ ਦਾ ਕੀ ਹਾਲ ਹੈ? ਮੈਂ ਮਲਿੰਗਟਨ ਵੱਲੋਂ ਉਸਨੂੰ ਅੰਗਰੇਜ਼ੀ ਵਿੱਚ ਖਰੋਚਣਾ ਸ਼ੁਰੂ ਕੀਤਾ। ਡਾਕਟਰੀ ਠੀਕ ਹੈ, ਬਸ ਸ਼ਹਿਰ ਛੱਡ ਕੇ ਪਿੰਡ ਵਿੱਚ ਆ ਵੜੀ ਹਾਂ। ਫਿਰ ਉਸਨੇ ਸਪਸ਼ਟ ਕੀਤਾ, ਮੈਂ ਹੁਣ ਬਸ ਆਪਣੇ ਇਲਾਕੇ ਵਿੱਚ ਹੀ ਫਿਰਦੀ ਹਾਂ ਜਿਨ੍ਹਾਂ ਦੀ ਮੈਂ ਧੀ ਹਾਂ। ਕਿਉਂ, ਸ਼ਹਿਰ ਨੂੰ ਕਿਉਂ ਮੰਦਾ ਜਾਣਨ ਲੱਗ ਪਈ? ਇੱਥੇ ਕੁਛ ਮਸ਼ੀਨੀ ਜਿਹਾ ਕੰਮ ਲੱਗਦਾ ਸੀ। ਡਾਕਟਰ ਬਸ ਰੋਗ ਹਟਾਉਣ ਦੀ ਇੱਕ ਮਸ਼ੀਨ ਹੈ, ਪੈਸੇ ਦਿਓ ਰੋਗ ਹਟਵਾ ਲਓ, ਫਰਕ ਸਮਝਦੇ ਹੋ ਨਾ? ਐਵੇਂ ਬਰੀਕ ਜਿਹਾ ਫਰਕ ਹੈ ਬਿਲਕੁਲ। ਇਸ ਤਰ੍ਹਾਂ ਲੱਗਦਾ ਸੀ ਕਿਸੇ ਦਾ ਮੇਰੇ ਆਪਣੇ ਨਾਲ ਵਾਹ ਨਹੀਂ ਪੈਂਦਾ, ਮੇਰੇ ਕਸਬ ਨਾਲ ਹੀ ਪੈਂਦਾ ਹੈ ਬਸ। ਪਰ ਬਿਮਾਰ ਨੂੰ ਤਾਂ ਡਾਕਟਰ ਦੀ ਲੋੜ ਹੈ, ਤੇਰੀ ਨਹੀਂ। ਮੰਨ ਲਿਆ, ਪਰ ਉੱਥੇ ਗੱਲ ਹੋ ਰਹੀ ਹੈ। ਫਿਰ ਉਸਨੇ ਕੁਝ ਨਿਰਮਲਤਾ ਨਾਲ, ਕੁਝ ਮਖੌਲ ਨਾਲ
ਮਲਿੰਗਟਨ ਨੂੰ ਕਿਹਾ, ਮੈਂ ਇੱਕ ਫੜ ਮਾਰ ਲਵਾਂ? ਮਲਿੰਗਟਨ ਪਿਆਰ ਨਾਲ ਉਸ ਵੱਲ ਵੇਖ ਕੇ ਮੁਸਕਰਾਇਆ, ਜਿਵੇਂ ਕਹਿ ਰਿਹਾ ਹੋਵੇ, ਤੂੰ ਕੁਝ ਕਹੇਂਗੀ ਧੋਲ ਕੇ ਹੀ ਕਹੇਂਗੀ, ਫੜ ਨਹੀਂ ਮਾਰੇਂਗੀ। ਕਦੀ ਕਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮੈਂ ਆਪਣੇ ਪਿੰਡਾਂ ਵਿੱਚ ਆਪਣੇ ਤਰੀਕੇ ਨਾਲ ਫਿਰ ਕੇ ਉੱਥੋਂ ਦੀਆਂ ਔਰਤਾਂ ਵਿੱਚ ਜਾਨ ਪਾ ਰਹੀ ਹੋਵਾਂ, ਜਿਵੇਂ ਉਹਨਾਂ ਲਈ ਜਿਉਣ ਦਾ ਰਾਹ ਖੋਲ੍ਹ ਰਹੀ ਹੋਵਾਂ। ਮੈਨੂੰ ਉਸਦੀ ਇਹ ਗੱਲ ਧੁੰਦਲੀ ਜਿਹੀ ਲੱਗੀ। ਉਹ ਆਪਣੀ ਹਸਤੀ ਨਾਲ ਹੀ ਔਰਤਾਂ ਨੂੰ ਆਜ਼ਾਦੀ ਦਵਾਉਣ ਦੀ ਅਨੁਭਵ ਕਰ ਰਹੀ ਸੀ। ਇਹ ਭੁਲੇਖਾ ਹਟਾਉਣ ਲਈ ਮੈਂ ਕਿਹਾ, ਪਤਾ ਨਹੀਂ ਮੈਂ ਤੇਰੇ ਵਾਲੇ ਪਾਹੇ 'ਤੇ ਪਿਆ ਹੋਇਆਂ ਕਿ ਨਹੀਂ, ਪਰ ਜੇ ਸਿਆਲਾਂ ਦੀ ਧੀ ਹੀਰ ਆਪਣਾ ਕਿੱਸਾ ਲਿਖਵਾ ਕੇ ਅਤੇ ਬੰਦੇ ਦੇ ਮੂੰਹੋਂ ਗਵਾ ਕੇ ਔਰਤਾਂ ਦਾ ਰਾਹ ਨਾ ਖੋਲ੍ਹ ਸਕੀ ਤਾਂ ਤੂੰ ਫਿਰ ਤੁਰ ਕੇ ਹੀ ਕਿਵੇਂ ਖੋਲ੍ਹ ਦੇਵੇਂਗੀ? ਨਹੀਂ, ਉਹ ਗੱਲ ਹੋਰ ਹੈ, ਉਸਨੇ ਝਟਪਟ ਕੁੰਡੀ ਫੜ ਕੇ ਕਿਹਾ। ਆਦਰ ਮਰੀ ਹੋਈ ਹੀਰ ਦਾ ਹੀ ਹੋਇਆ ਹੈ, ਜਿਉਂਦੀ ਹੀਰ ਤਾਂ ਕਿਧਰੇ ਆਦਰ ਨਹੀਂ ਸੀ। ਮਰਨ ਪਿੱਛੋਂ ਆਦਰ ਮਿਲਣ ਕਰਕੇ ਕਿਸੇ ਜਿਉਂਦੀ ਇਸਤਰੀ ਦਾ ਆਦਰ ਨਹੀਂ ਹੋ ਸਕਦਾ। ਮੇਰੀ ਪਦਵੀ ਕਰਕੇ ਅਤੇ ਮੇਰੇ ਕਸਬ ਤੋਂ ਲਾਭ ਹੋਣ ਕਰਕੇ ਮੇਰਾ ਜਿਉਂਦੀ ਦਾ ਆਦਰ ਹੈ। ਹੋਰ ਇਸਤਰੀਆਂ ਜਿਉਂਦੀਆਂ ਹੀ ਇਸ ਵਿੱਚ ਹਿੱਸੇਦਾਰ ਹੋ ਸਕਦੀਆਂ ਨੇ, ਪਰ ਸਾਰੀਆਂ ਤਾਂ ਡਾਕਟਰ ਨਹੀਂ, ਉਹ ਕਿਸ ਤਰ੍ਹਾਂ ਹਿੱਸੇਦਾਰ ਹੋ ਸਕਦੀਆਂ ਨੇ? ਮਲਿੰਗਟਨ ਨੇ ਦਲੀਲ ਦਾ ਇੱਕ ਸਿਰਾ ਆਪਣੇ ਹੱਥ ਵਿੱਚ ਫੜ ਲਿਆ। ਤੁਹਾਡੇ ਅੰਗਰੇਜ਼ਾਂ ਲਈ ਇਹ ਗੱਲ ਅਸ਼ਚਰਜ ਹੋਵੇਗੀ, ਪਰ ਇੱਥੇ ਸਹੀ ਹੈ। ਜਦੋਂ ਇੱਕ ਇਸਤਰੀ ਜਿੱਥੇ ਚਾਹੇ ਫਿਰਦੀ ਹੈ, ਜਿਸ ਤਰ੍ਹਾਂ ਦੇ ਚਾਹੇ ਕੱਪੜੇ ਪਾਉਂਦੀ ਹੈ, ਜੋ ਚਾਹੇ ਕਰਦੀ ਹੈ, ਤਾਂ ਫਿਰ ਆਦਰਯੋਗ ਵੀ ਰਹਿੰਦੀ ਹੈ। ਇਹ ਗੱਲ ਲੋਕਾਂ ਦੇ ਮਨ ਵਿੱਚ ਬਹਿ ਜਾਂਦੀ ਹੈ। ਉਹਨਾਂ ਦੀ ਧੀ ਇੱਕ ਉੱਚੀ ਵਿੱਦਿਆ ਵਾਲੀ ਕੁੜੀ ਹੈ ਆਖਰ, ਜਿਸ ਨੂੰ ਲੈ ਕੇ ਉਹਨਾਂ ਦੇ ਭਲੇ ਲਈ ਪਿੰਡ ਪਿੰਡ ਫਿਰ ਰਹੀ ਹੈ, ਤਾਂ ਫਿਰ ਉਸ ਨਾਲੋਂ ਵੱਧ ਸਤਿਕਾਰਯੋਗ ਕੌਣ ਹੈ? ਮੇਰੀ ਸ਼ਕਲ ਇਲਾਕੇ ਦੇ ਹਰ ਬੰਦੇ ਅਤੇ ਹਰ ਜਨਾਨੀ ਦੇ ਸਾਹਮਣੇ ਹੈ। ਹੋਰ ਜਨਾਨੀਆਂ ਨੂੰ ਕਿਹੋ ਜਿਹਾ ਜੀਵਨ ਮਿਲਣਾ ਚਾਹੀਦਾ ਹੈ, ਇਹ ਸਿੱਖਣਾ ਮੈਂ ਮੰਨਦੀ ਹਾਂ ਮੇਰੀ ਹੀ ਇਸ ਮੂਰਤ ਦਾ ਹਿੱਸਾ ਹੈ। ਮਲਿੰਗਟਨ ਚੁੱਪ ਹੋ ਗਿਆ ਅਤੇ ਸਿੱਧਾ ਹੋਟਲ ਦੀ ਸਾਹਮਣੇ ਵਾਲੀ ਕੰਧ ਵੱਲ ਵੇਖੀ ਗਿਆ। ਉਹ ਸ਼ਾਇਦ ਉਸਨੂੰ ਆਪਣੇ ਪਿੰਡ ਵਿੱਚ ਵਿਚਰਦੀ ਨੂੰ ਵੇਖ ਰਿਹਾ ਸੀ, ਕਦੀ ਸਾਈਕਲ ਉੱਤੇ, ਕਦੇ ਟਾਂਗੇ ਉੱਤੇ। ਕਿਸ ਤਰ੍ਹਾਂ ਪਿੰਡ ਦੇ ਬੁੱਢੇ ਕਿਸਾਨਾਂ ਲਈ ਉਹ ਇੱਕ ਆਦਰਸ਼ਕ ਇਸਤਰੀ ਦੀ ਮੂਰਤ ਸੀ। ਉਹ ਮੈਂ ਕਿੰਨੇ ਕਪੂਰ ਛੱਡੇ ਨੇ, ਕੋਈ ਸੰਗ ਸ਼ਰਮ ਸਾਡੇ ਹਿੰਦੁਸਤਾਨੀਆਂ ਦੇ ਨੇੜਿਓ ਨਹੀਂ ਲੰਘੀ, ਉਸਨੇ ਮਲਿੰਗਟਨ ਨੂੰ ਆਪਣੇ ਨਾਲ ਰੁੱਝਿਆ ਅਨੁਭਵ ਕਰਕੇ ਕਿਹਾ। ਚੰਗਾ, ਹੁਣ ਮੈਨੂੰ ਆਗਿਆ ਦਿਓ, ਅੱਜ ਤੁਸਾਂ ਮੈਥੋਂ ਕਿਹੋ ਜਿਹੀਆਂ ਗੱਲਾਂ ਕਰਵਾਈਆਂ ਨੇ, ਉਸਨੇ ਉੱਠ ਕੇ ਖਲੋਂਦੀ ਹੋਈ ਮੈਨੂੰ ਕਿਹਾ। ਹੋਟਲ ਦੇ ਬਰਾਂਡੇ ਵਿੱਚ ਆ ਕੇ ਅਸਾਂ ਉਸਨੂੰ ਵਿਦਾ ਕੀਤਾ। ਜਦੋਂ ਕੁਝ ਦੂਰ ਚਲੀ ਗਈ ਤਾਂ ਮਲਿੰਗਟਨ ਨੇ ਫਿਰ ਪਹਿਲੇ ਵਾਂਗ ਹੱਥ ਜੋੜ ਕੇ ਮੱਥਾ ਟੇਕਿਆ। ਤੂੰ ਕਿਸ ਨੂੰ ਨਮਸਕਾਰ ਕੀਤੀ ਹੈ? ਮੈਂ ਪੁੱਛਿਆ। ਉਸ ਇਸਤਰੀ ਨੂੰ। ਤੂੰ ਤਾਂ ਕਹਿੰਦਾ ਸੀ ਮੈਂ ਕਿਸੇ ਪ੍ਰਾਣੀ ਨੂੰ ਇਸ ਤਰ੍ਹਾਂ ਨਮਸਕਾਰ ਨਹੀਂ ਕਰਦਾ, ਜਵਾਬ 'ਚ ਮਲਿੰਗਟਨ ਨੇ ਕਿਹਾ। ਨਹੀਂ, ਇਹ ਕੋਈ ਇਕੱਲਾ ਪ੍ਰਾਣੀ ਨਹੀਂ ਹੈ, ਇਹ ਤਾਂ ਇੱਕ ਲਹਿਰ ਵਾਂਗ ਹੈ, ਇੱਕ ਹਵਾ ਹੈ, ਇੱਕ ਰੰਗ ਹੈ। ਅਸਲ ਵਿੱਚ ਇਹ ਤੁਹਾਡਾ ਨਵਾਂ ਭਾਰਤ ਹੈ।